ਸਰ ਮੈਨੂੰ ਬੀਜੇਪੀ ਆਫਿਸ ਤੋਂ ਇਨਫੋਰਮੇਸ਼ਨ ਆਈ ਸੀ ਅਤੇ ਤੁਹਾਨੂੰ ਇੱਕ 28 ਤਰੀਕ ਨੂੰ ਟ੍ਰੇਨ ਦਿੱਤੀ ਗਈ ਹੈ, ਅੰਮ੍ਰਿਤਸਰ ਤੋਂ ਅਯੋਧਿਆ ਜਾਣ ਸਮੇਂ 1-6 ਤਰੀਕ ਨੂੰ ਟ੍ਰੇਨ ਦਿੱਤੀ ਗਈ ਹੈ। ਜਦਕਿ ਅਸੀਂ 28 ਤਰੀਕ ਨੂੰ ਸਾਨੂੰ ਜਦੋਂ ਇਨਫੋਰਮੇਸ਼ਨ ਆਈ, ਮੈਂ ਇੱਥੇ ਸਾਰਿਆਂ ਨਾਲ ਗੱਲ ਕੀਤੀ, ਮੇਰੇ ਮਹੱਲੇਦਾਰ ਨੇ ਸਾਰੇ ਸੱਜਣ ਬੇਲੀ ਨੇ, ਮੈਂ ਇਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਮੈਨੂੰ ਕਿਹਾ ਵੀ ਮੇਰੇ ਸਾਰੀ ਸੀਟਾਂ ਬੁੱਕ ਕਰਾ ਦੇ, ਉਹ ਇਹਨਾਂ ਸਾਰਿਆਂ ਦੇ ਵਿੱਚ ਨਾਮ ਲਿਖੇ ਨੇ, ਐਡ ਕਰ ਸਕਦੇ, ਦੇਖ ਸਕਦੇ ਤੁਸੀਂ। ਮੈਂ ਜਦੋਂ ਸਾਰੇ ਨਾਲ ਕੀਤੇ, ਸਾਰਿਆਂ ਨੂੰ ਉੱਥੇ ਜਾ ਕੇ 106 ਸੀਟਾਂ ਮੇਰੀ ਬੁਕਿੰਗ ਹੋਈ, ਔਰ ਪਲੱਸ ਮੈਂ 1,20,000 ਉੱਥੇ ਜਾ ਕੇ ਐਮ ਦੀ ਸਪੋਰਟ ਦਫ਼ਤਰ ਜਮ੍ਹਾਂ ਕਰਾਤਾ ਗਿਆ ਬੀਜੇਪੀ ਆਫਿਸ ਵਿੱਚ। ਜਦੋਂ ਟ੍ਰੇਨ 28 ਚੱਲਣੀ ਸੀ, ਉਸ ਤੋਂ 2 ਦਿਨ ਪਹਿਲਾਂ ਮੈਨੂੰ ਆ ਕੇ ਕਹਿੰਦੇ ਤੁਹਾਡੀ ਅਗਲੀ ਟ੍ਰੇਨ ਤੁਹਾਨੂੰ 6-3 ਦਿੱਤੀ, ਤੁਸੀਂ ਉਹਦੇ ਚੱਲ ਜਿਓ। ਔਰ ਹਰਵਿੰਦਰ ਸਿੰਘ ਸੰਧੂ, ਰਜੀਵ ਉੱਥੇ ਰਜੀਵ ਸ਼ਰਮਾ ਬੈਠੇ, ਉਹਨੇ 1,20,000 ਰੁਪਇਆ ਜਮ੍ਹਾਂ ਕਰਾਇਆ। ਸਤਪਾਲ ਡੋਗਰਾ ਜੀ ਸੀ, ਹਰਵਿੰਦਰ ਸਿੰਘ ਸੰਧੂ ਸੀ, ਹਰਵਿੰਦਰ ਸਿੰਘ ਮਨੀਸ਼ ਸਿੰਘ ਸੀ, ਮਨੀਸ਼ ਕੁਮਾਰ ਜੀ ਸੀ, ਬਾਅਦ ਉਸ ਤੋਂ ਬਾਅਦ ਕਹਿੰਦਾ 6-3 ਟ੍ਰੇਨ ਦਿੱਤੀ ਗਈ। ਹਰਵਿੰਦਰ ਸਿੰਘ ਸੰਧੂ ਨੇ ਸਾਨੂੰ ਬੁਲਾ ਕੇ ਸਪੈਸ਼ਲ ਕਿਹਾ ਇਹ 'ਚ ਜਾਣ ਦੇ ਤੁਸੀਂ ਕਹਿ ਸਕਦਾ, ਜਦਕਿ ਉੱਥੇ 300 ਸੀਟਾਂ ਕੁਮਾਰ ਇੰਟਰਨੈਸ਼ਨਲ ਲੈ ਗਿਆ, 87 ਸੀਟਾਂ, 90 ਸੀਟਾਂ ਵਧਵਾ ਪਿੰਡ ਵਾਲਾ ਟੁੰਡੇ ਤਲਾਰ, ਉਹ ਲੈ ਗਿਆ, ਰੋਮੀ ਚੋਪਾਏ ਲੈ ਗਏ, ਮੀਨੂ ਸਾਈਕਲ ਜੀ ਲੈ ਗਏ, ਔਰ ਸੁਰੇਸ਼ ਸ਼ਰਮਾ ਜੀ ਲੈ ਗਏ, ਉਹਨਾਂ ਦੇ ਆਪਣੇ ਕਿਸੇ ਨੇ ਚਾਹ ਲਿਆ, ਮੋਨੂ ਮਹਾਜਨ ਲੈ ਗਏ, ਵੇਰਕਾ ਮੰਡਲ ਤੋਂ ਲੈ ਗਏ, ਉਹ ਸਾਰੀਆਂ ਸੀਟਾਂ ਉਹਨਾਂ ਨੇ ਉੱਥੇ ਕਨਫਰਮ ਕਰਤੀਆਂ। ਸਾਨੂੰ ਕਹਿੰਦੇ ਬਾਅਦ 'ਚ ਰਹੇ ਅਸੀਂ, ਅਸੀਂ ਸਾਰਿਆਂ ਨਾਲ ਗੱਲਬਾਤ ਕੀ, ਅਸੀਂ ਲੋਕਾਂ ਕੋਲ ਹੱਥ ਜੋੜ ਕੇ ਮਾਫੀ ਮੰਗੀ। ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਫਿਰ ਕੀਤਾ ਗਿਆ ਗਾਈਡ, ਅਸੀਂ ਸਾਨੂੰ ਗਾਈਡ ਨੇ ਕਿਹਾ, ਅਸੀਂ ਕਿਹਾ ਵੀ ਚਲੋ 6-3 ਨੂੰ ਚੱਲ ਜਾਂਦੇ ਸਾਰੇ, ਉਹ ਜੇ ਸਾਰਿਆਂ ਨੇ ਘਰ ਕੀਰਤਨ ਸੀ, ਫਿਰ ਕੀਰਤਨ ਤੋਂ ਬਗੈਰ ਵੀ ਸਾਰੇ ਜਣੇ ਕਹਿੰਦੇ ਨਹੀਂ 6 ਨੂੰ ਜਾਣਾ, ਅਯੋਧਿਆ ਜਾਣਾ। ਅਸੀਂ ਅਯੋਧਿਆ ਜਾਣ ਸੇ ਪੂਰੀ ਤਿਆਰੀ ਕੀਤੀ, ਸਾਰਿਆਂ ਨੇ ਬੈਗ ਪੈਕ ਕਰ ਲਏ। 5 ਤਰੀਕ ਨੂੰ ਸਾਨੂੰ ਬੁਲਾ ਕੇ, ਅਸੀਂ ਨੂੰ ਬੁਲਾਇਆ ਨਹੀਂ, ਸਾਡਾ 3 ਦਿਨ ਫੋਨ ਨਹੀਂ ਚੁੱਕਿਆ, ਸ਼ਨੀਵਾਰ ਪੈਸੇ ਜਮ੍ਹਾਂ ਹੋਏ ਗਏ। ਮੰਗਲਵਾਰ ਸਾਨੂੰ ਉੱਥੇ ਦਫ਼ਤਰ ਗਏ ਅਸੀਂ, ਸਾਨੂੰ ਜਾਂਦੇ ਉਹਨਾਂ ਨੇ ਖੋਸਲਾ ਜੀ ਨੇ ਪੈਸੇ ਫੜਾਤੇ ਜੀ, ਆਪਣਾ ਬੈਗ ਲਓ ਜੀ, ਆਪਣੇ ਪੈਸੇ। ਅਸੀਂ ਕਿਹਾ ਕਿਉਂ ਜੀ, ਕਹਿੰਦੇ ਉਹ ਗੱਡੀ ਕੈਂਸਲ ਹੋ ਗਈ, ਦਿਹਾਤ ਨੂੰ ਚਲੇ ਗਈ। ਜਦਕਿ ਉਹ ਦਿਹਾਤ ਵਾਲੀ ਗੱਡੀ, ਸਾਰੇ ਜਣੇ ਸ਼ਹਿਰ ਹੀ ਗਏ ਨੇ, ਉਹ ਸਾਡੇ ਨਾਲ ਧੱਕਾ, ਕਿਉਂਕਿ ਸਾਡੇ ਨਾਲ ਹਰਵਿੰਦਰ ਸਿੰਘ ਸੰਧੂ, ਮਨੀਸ਼ ਜੀ, ਸੰਜੀਵ ਜੀ, ਮੈਸੀ ਜੀ, ਸਾਰੇ ਇਕੱਠੇ ਪਹਿਲਾਂ ਗਏ ਨੇ। ਬਾਅਦ 'ਚ ਸਾਡੇ ਨਾਲ ਧੋਖਾਧੜੀ, ਬੇਈਮਾਨੀ, ਜਾਲਸਾਜੀ ਕੀਤੀ ਗਈ ਹੈ, ਇਸ ਦਾ ਜਵਾਬ ਕੀ ਦਿੱਤਾ ਜਾਵੇ? ਸਾਡੇ ਨਾਲ ਸਾਰੀ ਪਬਲਿਕ, ਅਸੀਂ ਹੱਥ ਜੋੜ ਕੇ ਮਾਫੀ ਮੰਗ ਰਹੇ ਹਾਂ ਉਹਨਾਂ ਦੇ 1200 ਵਾਪਸੀ 'ਤੇ। ਪਲੱਸ ਅਸੀਂ ਦੇਖੋ ਐਕਸਲ ਕਢਵਾਏ ਨੇ, ਪਹਿਲੀ ਵਾਰੀ ਸ਼ੰਕਰ ਜੀ ਐਕਸਲ ਕਢਵਾਏ, ਔਰ 350 ਦਿੱਤਾ ਗਿਆ। ਇਹ ਦੇਖੋ ਜੀ, ਸਾਰੇ ਜਣੇ ਐਕਸਲ ਮੇਰੇ ਕਢਾ ਕੇ, ਸਾਰੇ ਮੈਂ ਕਢਾ ਕੇ ਉੱਥੋਂ ਦਿੱਤੇ ਗਏ ਨੇ ਐਕਸਲ ਵਾਲੇ। ਸ਼ੰਕਰ ਜੀ ਤੋਂ 350 ਦਿੱਤੇ, 5 ਐਕਸਲ ਕਢਾਉਣ 'ਤੇ ਉਸ ਤੋਂ ਬਾਅਦ ਦੂਜੀ ਵਾਰ ਫਿਰ ਐਕਸਲ ਕਢਾਇਆ, ਫਿਰ 350 ਦਿੱਤਾ ਗਿਆ, 700 ਰੁਪਇਆ ਗਿਆ। ਜਦੋਂ ਮੈਂ ਇੱਥੇ ਪੈਸੇ ਵਾਪਸ ਦਿੱਤੇ, ਉਹਨਾਂ ਵਿੱਚੋਂ 500 ਰੁਪਏ ਮੇਰਾ ਫਿਰ ਘੱਟ ਨਹੀਂ ਲਿਆ, ਮੈਂ ਉਹ ਵੀ ਇਹਨਾਂ ਕਿਹਾ, ਉਸ ਵੇਲੇ ਨਿਕਲ ਕੇ ਪੈਸੇ ਦੇ ਕੇ ਚਲੇ ਗਏ। ਡੋਗਰਾ ਜੀ ਔਰ ਸੰਦੀਪ ਜੀ ਦੇ ਸਾਹਮਣੇ ਪੈਸੇ ਗਿਣਤੀ ਕੀਤੀ ਮੈਂ, 500 ਘੱਟ ਸੀ। ਔਰ ਉਸ ਵਿੱਚ ਸਾਡੇ ਰਾਮ ਭਗਤਾਂ ਵਿੱਚ ਇੰਨੀ ਆਸਥਾ ਹੋਣ ਦੇ ਬਾਵਜੂਦ ਇਹਨਾਂ ਨੇ ਰਾਮ ਭਗਤਾਂ ਨਾਲ ਕਿਉਂ ਕੀਤਾ ਗਿਆ? ਇਹ ਗਦਾਰੀ ਕਹਿੰਦੇ ਇਹਨਾਂ ਵਿੱਚ ਕੀ ਜਵਾਬ ਦੇਣਾ ਚਾਹੀਦਾ? ਜਦੋਂ ਮੈਂ ਉਹਨਾਂ ਨੂੰ ਜਵਾਬ ਮੰਗਿਆ, ਜਾ ਕੇ ਉਹਨਾਂ ਕਿਹਾ ਅਸੀਂ ਗੱਡੀ ਕੇ ਲੰਮੇ ਪੈ ਜਾਈਏ। ਹਰਵਿੰਦਰ ਸਿੰਘ ਸੰਧੂ ਨੇ ਸਾਨੂੰ ਖਲੋ ਕੇ ਕਿਹਾ ਅਸੀਂ ਗੱਡੀ ਕੇ ਲੰਮੇ ਪੈ ਜਾਈਏ। ਇਹ ਕਿਉਂ ਕੀਤਾ ਗਿਆ? ਸਾਡੇ ਨਾਲ ਜਾਲਸਾਜੀ ਧੋਖਾਧੜੀ ਹੈ, ਕਹਿੰਦਾ ਇਹਦੇ 'ਚ ਹੈ ਕੀ ਲੱਗਦਾ? ਅਸੀਂ ਇਸ ਬੰਦੇ ਨੂੰ ਅਸੀਂ ਨਕਾਰਾ ਕਰਦੇ ਹਾਂ, ਇਸ ਬੰਦੇ ਕੋਲ ਨਹੀਂ ਪੁਲਿਸ ਵਾਲੇ ਛੱਡ ਦੇਣੀ ਚਾਹੀਦੀ ਇਹਨੂੰ ਪ੍ਰਧਾਨ ਕੀ। ਇਹ ਗਲਤੀ ਸਾਡੀ ਹਰਵਿੰਦਰ ਸਿੰਘ ਸੰਧੂ ਦੀ ਹੈ, ਜਿਹੜਾ ਜ਼ਿਲ੍ਹਾ ਪ੍ਰਧਾਨ ਡਿਸਟ੍ਰਿਕਟ ਪ੍ਰਾਈਜ ਨੂੰ ਅੰਮ੍ਰਿਤਸਰ ਦੇ ਬੀਜੇਪੀ ਤੋਂ, ਇਹ ਇਹਨਾਂ ਦੀ ਗਲਤੀ ਕਰਕੇ ਸਾਨੂੰ ਮਿਸਗਾਈਡ ਕੀਤਾ ਗਿਆ ਇਹਨਾਂ ਦਿੱਤਾ। ਟਿਕਟਾਂ ਜਿਹੜੀਆਂ ਬਲੈਕ ਕਰਕੇ, ਕੁਮਾਰ ਇੰਟਰਨੈਸ਼ਨਲ ਟਿਕਟਾਂ ਦਿੱਤੀਆਂ ਗਈਆਂ, ਸ਼ਹਿਰ ਦੇ ਸਾਈਡ ਨਾਮੀ ਬੰਦਿਆਂ ਟਿਕਟਾਂ ਗਈਆਂ, ਦੂਜੇ ਬੰਦੇ ਨੇ ਪੁੱਛਿਆ ਕਿ ਉਹ ਟਿਕਟਾਂ ਜਿਹੜੀ ਬਲੈਕ ਕਰਕੇ ਸੇਲ ਕਰ ਦਿੱਤੀ ਗਈ ਹੈਗੀ, ਹੋ ਸਕਦਾ ਜੀ ਇਹ ਵੀ ਸਾਨੂੰ ਪਤਾ ਵੀ ਇਹਨੂੰ ਸੂਤਰਾਂ ਦੇ ਹਵਾਲੇ ਚਲੋ, ਸਾਨੂੰ ਟਿਕਟਾਂ ਮਹਿੰਗੀਆਂ ਵੇਚੀ ਗਈ ਕਿਤੇ, ਸਾਨੂੰ ਇਹਦੀ ਰੁਬਰ ਵਾਸ਼ ਪੱਕੀ ਲਿਆਈ ਵੀ ਸਾਨੂੰ ਲੋਕਾਂ ਦੀ ਉੜਦੀ ਖਬਰ ਆਈ ਵੀ ਟਿਕਟਾਂ ਬਲੈਕ ਦਿੱਤੀਆਂ ਗਈਆਂ। ਮਾਮਲਾ ਇਹ ਹੈ ਕਿ ਅਸੀਂ ਅਯੋਧਿਆ ਜਾਣ ਲਈ ਬੁਕਿੰਗ ਕਰਵਾਈ ਸੀ 6 ਤਰੀਕ 'ਤੇ, ਪਹਿਲੇ 28 ਤਰੀਕ 'ਤੇ ਕਰਵਾਈ, ਅਤੇ ਕਹਿੰਦੇ ਵੀ ਟ੍ਰੇਨ ਕੈਂਸਲ ਹੋ ਗਈ ਆ, ਤੁਹਾਨੂੰ ਨਹੀਂ ਸੀਟ ਦਿੱਤੀ ਜਾਏਗੀ। ਫਿਰ ਕਹਿੰਦੇ 6 ਨੂੰ ਚਲੇ ਜਾਣਾ, 6 ਨੂੰ ਅਸੀਂ ਫਿਰ ਮਤਲਬ ਕਿ ਸਾਰਿਆਂ ਨੇ ਇੰਤਜ਼ਾਮ ਕੀਤਾ ਜਾਣ ਦਾ। 106 ਸਵਾਰੀਆਂ ਸਾਡੇ ਕੋਲ ਹੈ ਨੇ, ਜਿਨ੍ਹਾਂ ਦੇ ਆਧਾਰ ਕਾਰਡ ਅਸੀਂ ਲਏ ਨੇ, ਸਭ ਕੁਝ ਕੀਤਾ ਹੈ। ਸਾਨੂੰ ਕਹਿ ਦਿੱਤਾ ਗਿਆ 5 ਤਰੀਕ ਨੂੰ, ਫਿਰ ਉਹਨਾਂ ਨੇ ਰਾਤ ਨੂੰ ਸਾਨੂੰ ਜਵਾਬ ਦਿੱਤਾ ਗਿਆ। ਇਹ ਕਿਉਂ? ਅਸੀਂ ਹੁਣ ਕਿਸ ਤਰ੍ਹਾਂ ਜਵਾਬ ਦਈਏ? ਸਾਡੀ ਜਗ੍ਹਾ ਦੇ ਉੱਤੇ ਕਹਿੰਦੇ ਹੋਰ ਯਾਤਰੀ ਜਾਣਗੇ, ਉਹ ਕਿਉਂ? ਅਸੀਂ ਵੀ ਤਾਂ ਕਿਰਾਇਆ ਉਹਨਾਂ ਦਿੱਤਾ ਸੀ। ਕਿੰਨੇ ਪੈਸੇ ਦਿੱਤੇ ਨੇ? 1200 ਰੁਪਈਆ, 1200 ਰੁਪਈਆ ਅਸੀਂ ਦਿੱਤਾ ਸੀ। ਕਿੰਨੇ ਜਣੇ ਜਾਣੇ ਸੀ ਤੁਹਾਡੇ ਇਲਾਕੇ ਦੇ? 106 ਮੈਂਬਰ ਜਾ ਰਹੇ ਸੀ। ਹੁਣ ਤੁਸੀਂ ਉਹਨਾਂ ਨੂੰ ਦੱਸੋ ਅਸੀਂ ਕੀ ਜਵਾਬ ਦਈਏ? 2 ਵਾਰੀ ਇਹਨਾਂ ਨੇ ਸਾਨੂੰ ਇਨਕਾਰ ਕਰ ਦਿੱਤਾ। ਟਿਕਟਾਂ ਗਈਆਂ ਕਿੱਥੇ ਫਿਰ?
ਟਿਕਟਾਂ ਫਿਰ ਉਹਨਾਂ ਨੇ ਸਮਝ ਨਹੀਂ ਆਈ, ਉਹਨਾਂ ਨੇ ਕਹਿੰਦੇ ਆ ਕਿ ਕਿਸੇ ਕੋਟੇ 'ਚ ਚਲੇ ਗਈਆਂ ਨੇ, ਇਹ ਕਿਉਂ? ਤੁਹਾਨੂੰ ਕੀ ਲੱਗਦਾ ਕਿਹਦੀ ਗਲਤੀ ਹੈ? ਹਰਵਿੰਦਰ ਸਿੰਘ ਸੰਧੂ ਨੇ ਕੀਤਾ ਜੋ ਵੀ ਕੀਤਾ।